ਭਾਰਤ ਤੇ ਇੰਗਲੈਂਡ ਵਿਚਾਲੇ ਮੁਰੂਦਾ ਟ੍ਰੈਸਲੇਡੀ ਦੇ ਦੂਜੇ ਮੈਚ ਵਿੱਚ ਅੱਜ ਭਾਰਤ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ ਦਾ ਫੈਸਲਾ ਕੀਤਾ ਚਨਈ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ 6 ਖਿਡਾਰੀਆਂ ਪਿੱਛੇ 300 ਦੌੜਾਂ ਬੜਾ ਲਈਆਂ ਸਨ ਭਾਰਤ ਦੀ ਸ਼ੁਰੂਆਤ ਖਰਾਬ ਰਹੀ ਸਤਿਮੇ ਬੱਲੇਬਾਜ਼ ਸ਼ੁਭਮਨ ਗਿੱਲ ਦੂਜੀ ਓਵਰ ਵਿੱਚ ਬਿਨਾਂ ਕੋਈ ਦੌੜ ਬਣਾਏ ਓਨਲੀ ਸਟੋਨ ਹੱਥੋਂ ਆਊਟ ਹੋ ਗਿਆ ਭਾਰਤ ਨੂੰ ਦੂਜਾ ਚਟਕਾ ਤੇ ਛੇ ਸ਼ੂਰ ਪੁਜਾਰਾ ਦੇ ਰੂਪ ਵਿੱਚ ਲੱਗਾ ਜੋ 21 ਦੌੜਾ ਬਣਾ ਕੇ ਜ਼ੈਕ ਲੀਚ ਦਾ ਸ਼ਕਾਰ ਬਣਿਆ ਅਗਲੇ ਹੀ ਓਵਰ ਵਿੱਚ ਕਪਤਾਨ ਵਿਰਾਟ ਕੋਹਲੀ ਬਿਨਾਂ ਕੋਈ ਦੌੜ ਬਣਾਏ ਮੋਹਨ ਹੱਥੋਂ ਆਊਟ ਹੋਇਆ ਇਸ ਪਾਰੀ ਵਿੱਚ ਰੋਹਿਤ ਸ਼ਰਮਾ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ 161 ਦੌੜਾਂ ਬਣਾਈਆਂ ਅਤੇ ਉਹ ਜ਼ੈਕ ਲੀਚ ਹੱਥੋਂ ਆਊਟ ਹੋਇਆ ਆਜਿੰਕਰ ਹਨ ਨੇ 66 ਜਰਕੇ ਆਰ ਅਸ਼ਵਿਨ ਨੇ 13 ਦੌੜਾਂ ਬਣਾਈਆਂ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਸਮੇ ਰਿਸ਼ਵ ਪੰਦ 33 ਜਰਕੇ ਅਕਸ਼ਰ ਪਟੇਲ